ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ। ਅਸਲਾਮ ਅਲੈਕੁਮ ਜੀ, ਉਮੀਦ ਹੈ ਸਾਰੇ ਭੈਣ ਭਰਾ ਠੀਕ ਹੋ। ਸੋਰ ਅੱਲਾ ਨੇ ਜੋ ਮੰਨ ਕਿਉਂ ਸਜੀ, ਅੱਜ ਹਫ਼ਤੇ ਬਾਅਦ ਨਿਕਲਿਆ ਘਰੋਂ ਬਾਹਰ, ਸਿਹਤ ਖਰਾਬ ਹੋਣ ਦੀ ਵਜ੍ਹਾ ਨਾਲ ਘਰੋਂ ਬਾਹਰ ਨਹੀਂ ਨਿਕਲਣ ਹੋਇਆ, ਤਾਂ ਕੋਈ ਵਲੋਗ ਵੀ ਕੋਈ ਇਤਨੇ ਸਹੀ ਨਹੀਂ ਬਣੇ। ਇੱਕ ਦੋ ਬਣਾਏ ਕੁੱਕੇ ਜੁੜੇ ਲੱਗ ਗਿਆ ਵੀ ਚੱਲ ਲੇਕਿਨ ਬਾਹਰ ਕਿੱਥੇ ਜੀਦਾ ਬਣਾ ਨਹੀਂ ਹੋਇਆ। ਅੱਜ ਕੋਈ ਥੋੜ੍ਹਾ ਆਰਾਮ ਸੀ, ਕੋਈ ਕਿਡਨੀ ਇਨਫੈਕਸ਼ਨ ਸੀ ਹੋਈ ਵੀ, ਅੱਜ ਕੋਈ ਥੋੜ੍ਹਾ ਜਿਹਾ ਬਿਹਤਰ ਹੈ। ਮੈਂ ਜੁੜੇ ਹਾਂ ਬਾਹਰ, ਜ਼ਰਾ ਚੌਕਿਆਂ ਨੇ ਚੱਕਰ ਲਾਉਣੇ ਆ, ਇੱਕ ਦੋ ਕੰਮ ਸਨ ਦੁਕਾਨਾਂ ਪਰ, ਸ਼ੋਪਾਂ ਪਰ ਜਾਣਾ ਸੀ। ਮੈਂ ਉੱਧਰ ਜੁੜਿਆ, ਕੋਈ ਕਿੰਨੀ ਛਣੀਆਂ ਕੋਈ ਇੱਕ ਦੋ ਚੀਜ਼ਾਂ ਚੇਂਜ ਨਹੀਂ ਸਨ, ਅਤੇ ਨਾਲ ਥੋੜ੍ਹੀ ਜਿਹੀ ਵੋਕ ਵੀ ਹੋਈ ਸੀ। ਤਕਰੀਬਨ 7-8 ਦਿਹਾੜੀਆਂ ਤੋਂ ਬਾਅਦ ਮੈਂ ਘਰੋਂ ਬਾਹਰ ਨਿਕਲਿਆ। ਅੱਜ ਮੈਂ ਚਲੋ ਭੈਣ ਭਰਾ ਕਿ ਬਾਹਰ ਇਹਨਾਂ ਮੌਸਮ ਵੀ ਅੱਜ ਦਾ ਸੀ ਜੋੜਾ, ਔਰ ਉਸ ਤੋਂ ਬਾਅਦ ਅੱਜ ਤੁਸੀਂ ਫਿਰਨੇ ਹਾਂ ਲੰਡਨ ਦੀ ਸੈਰ ਕਰਾਉਂਦੇ ਹਾਂ। ਲੰਡਨ ਬ੍ਰਿਜ ਵੀ ਤੁਸੀਂ ਦੱਸਣੇ ਆ। ਕੋਈ ਦੋਸਤ ਗਏ ਸਨ ਲੰਡਨ ਬ੍ਰਿਜ, ਮੈਂ ਤਾਂ ਗਿਆ ਕੋਈ ਨਾ, ਉਸ ਲਈ ਬਿਮਾਰ ਸਨ, ਜਾਣਾ ਆਇਆ ਸੀ, ਬਿਮਾਰ ਹੋਣੇ ਦੀ ਵਜ੍ਹਾ ਨਾਲ ਨਹੀਂ ਜਾਣ ਹੋਇਆ। ਲੇਕਿਨ ਉਹ ਗਏ ਸਨ, ਕੋਈ ਕਲਿੱਪ ਬਣਾਈ ਤਾਂ ਭੇਜ ਦਿੱਤੇ ਸਨ, ਨਾ ਰਿਕੁਐਸਟ ਕੀਤੀ ਸੀ ਬਈ ਇਹ ਆਪਣੇ ਵਲੋਗ 'ਚ ਆ ਡਾਊਨ ਕਰੀ ਨੇ। ਤੁਹਾਨੂੰ ਦੱਸਦੇ ਹਾਂ ਬਾਹਰ ਦਾ ਮੌਸਮ ਵੀ, ਤੁਸੀਂ ਕੋਈ ਬਾਹਰ ਚੌਕ ਵਾਲੇ ਪਾਸੇ ਕਿਉਂ ਵੀ ਰਿਹਾ, ਉਹ ਵੀ ਤੁਸੀਂ ਜੁਲੀ 'ਤੇ ਦੱਸ ਰਹੇ ਹਾਂ। ਤਾਂ ਬਾਈ ਮੌਸਮ ਤਾਂ ਬੜਾ ਬਿਹਤਰੀਨ ਜਿਹਾ ਬਣੇ ਆ, ਧੁੱਪ ਵੀ ਚੜੀ ਵੀ, ਲੇਕਿਨ ਵਾਹ ਵੀ ਹੈ ਮੱਠੀ ਮੱਠੀ ਵਾਹ ਝੁੱਲੇ, ਸਰਦੀ ਗਰਦੀ ਕੋਈ ਨਹੀਂ ਹੈ, ਝਟਕਾ ਧੁੱਪ ਹੈ ਨਾ। ਬਾਹਰ ਨਾ ਮਾਹੌਲ ਵੀ ਕੋਈ ਠੀਕ ਹੀ ਹੈ। ਆਵਾਮ ਫਿਰਨ ਲੱਗ ਗਈ ਹੈ, ਰਾਤ ਪਾਰ ਫੋਰ ਡਬਲ ਡੈਕਰ ਸਕੂਲ ਬੱਸ, ਪੁੱਛਾ ਕਿੱਧਰ ਹੈ, ਕਿਆ ਕਹਾ, ਕੋਈ ਸਾਡੇ ਭਾਈ ਹੋਰ ਡੈਲਟਨ 'ਚ ਆਉਣੇ ਨਾ, ਬੜੇ ਅੱਛੇ ਦੋਸਤ ਹਨ ਇਹ, ਅੱਬੇ ਹੋਰ ਕੀ ਕਦਾ ਕੁਥਾ ਕਰ ਲੈਣ, ਚਲੋ ਮਜ਼ਾਕ ਸ਼ਾਕ ਕਰਨੇ ਰਹੇ। ਅੱਬੇ ਹੋਰ ਕੋਲੋਂ ਮੈਂ ਸ਼ਾਮ ਪੁੱਛਣਾ ਕੁਥੇ ਨਾ ਬਾਹਰ ਆਉਣੇ ਸੁੱਤੇ ਆ। ਮਾਤਾ ਕੋਈ ਉੱਧਰ ਚੌਕ ਵਾਲੇ ਪਾਸੋਂ ਇੱਕ ਦੋ ਜਿਹੜੇ ਕੰਮ ਹੈ ਸਨ ਉਹ ਕਿਤੇ ਆਏ ਗਏ, ਹੁਣ ਭਾਗਕੇ ਸਿੰਘ ਵਾਲੇ ਪਾਸੇ ਮੈਂ ਹਫ਼ਤਾ ਵੀ ਗਿਆ, ਇਹਨਾਂ ਮੁੰਡਿਆਂ ਕੀ ਵੀ ਨਹੀਂ ਤੱਕਿਆ, ਇੰਨਾ ਕੀ ਵੀ ਜੁੜੀਦਾ, ਤੱਕੀ ਛਾਂ ਕਿਹਾ ਕਿ ਕਰਨਾ ਮੈਂ ਕਰ ਰੱਖੇਗਾ, ਉਹ ਜੁੜੇ ਅੰਦਰ ਤੱਕੜੇ ਆ ਮੁੰਡੇ, ਕਿਆ ਕਰਨੇ ਪਏ।
ਇੱਧਰ ਆਸਫ ਸਾਹਿਬ ਸੁਣਿਆ ਪਰ ਲੱਗੇ ਹੁਣ ਪਤਾ ਨਹੀਂ ਕੁਛ ਰਹਿਣ ਵਾਲਾ ਕਿਆ ਕਰ ਗੱਪ ਮਾਰ ਰਹੇ ਨਾ ਅਸਾਂ ਅੰਦਰ ਜੁੜੇ ਹਾਂ ਤੱਕੀਏ ਕਿਆ ਕੇ ਜੋਈ ਰਿਹਾ ਪਤਾ ਕੋਈ ਜੇ ਮੁੜਿਆ ਬਣਾਈ ਹੈ ਚਿਕਨ ਬਿਰਿਆਨੀ ਬਿਹਤਰੀਨ ਚਿਕਨ ਬਿਰਿਆਨੀ ਬਣੀ ਹੈ ਹਲਵਾ ਵੀ ਬਣੇ ਆ ਗੁਜ਼ਰਦਾ ਬਣੇ ਆ ਚਨਿਆਂ ਦੇ ਚਾਵਲ ਇੱਧਰ ਪਕੌੜੇ ਹੋਰ ਡਰਮ ਸਟਿਕਾਂ ਸੀ ਕਬਾਬ ਚੱਪੀ ਕਬਾਬ ਇੱਧਰ ਸਮੋਸੇ ਹੈ ਬੜਾ ਕੁਝ ਬਣਿਆ ਜੇ ਬਣਾਇਆ ਜੀ ਹੁਣ ਆ ਗਏ ਜੀ ਕੈਸ਼ਿੰਗ ਦੋ ਆਖਿਆ ਵਾਪਸ ਤਾਂ ਹੁਣ ਤੁਹਾਨੂੰ ਦੱਸ ਜਾਣਗੇ ਜੀ ਲੰਡਨ ਬ੍ਰਿਜ ਦੇ ਨਜ਼ਾਰੇ ਤੁਸੀਂ ਉਹ ਇੰਜੋਏ ਕਰੋ ਫਿਰ ਤੁਹਾਨੂੰ ਮਿਲਦੇ ਹਾਂ ਜੀ ਇਹ ਤਾਂ ਕੋਈ ਲੰਡਨ ਬ੍ਰਿਜ ਦੇ ਨਜ਼ਾਰੇ ਤੁਸਾਂ ਤੱਕੋ ਹੁਣ ਕਿਤਨਾ ਖੂਬਸੂਰਤ ਪਾਣੀ ਬੋਟ ਜਾਈ ਰਿਹਾ ਕਿਸ਼ਤੀ ਜਾਈ ਰਹੀ ਆ ਲੰਡਨ ਬ੍ਰਿਜ ਵਾਲੀ ਸਾਈਡ 'ਤੇ ਲੰਡਨ ਬ੍ਰਿਜ ਵੀ ਸਾਨੂੰ ਤੁਸੀਂ ਦੱਸਣੇ ਆ ਬੜਾ ਹੀ ਖੂਬਸੂਰਤ ਜਿਹਾ ਬ੍ਰਿਜ ਹੈ ਤੁਸਾਂ ਨਜ਼ਾਰੇ ਤੱਕ ਜੋ ਬ੍ਰਿਜ ਹੈ ਨੇ ਹੁਣ ਬ੍ਰਿਜ ਅਸ਼ਨਾ ਜੀ ਅੱਗੇ ਪਾਣੀਆਂ ਨੂੰ ਇੰਜੋਏ ਕਰੋ ਬੋਟਾਂ ਇਹ ਤਾਂ ਕੁਝ ਕਿਤਨੀ ਖੂਬਸੂਰਤ ਬਿਲਡਿੰਗਾਂ ਬਣੀਆਂ ਕਿਤਨੀ ਬੜੀ ਬੋਟ ਹੈ ਮਾਸ਼ਾਅੱਲਾ ਜੀ ਇਹ ਤਾਂ ਕੁਝ ਜੀ ਬ੍ਰਿਜ ਤੁਸੀਂ ਹੁਣ ਨਜ਼ਰ ਆਇਆ ਹੋ ਸੀ ਅਗਰ ਰਾਤੀ ਇਸ ਬ੍ਰਿਜਿਆਂ ਪਰ ਜਾਓ ਤਾਂ ਬਹੁਤ ਹੀ ਅੱਛੇ ਨਜ਼ਾਰੇ ਬਹੁਤ ਹੀ ਅੱਛੀਆਂ ਖੂਬਸੂਰਤ ਜਿਹੀਆਂ ਲਾਈਟਾਂ ਲੱਗੀਆਂ ਹੋਣਗੀਆਂ ਬੜਾ ਅਮੇਜ਼ਿੰਗ ਜਿਹਾ ਬ੍ਰਿਜ ਆ ਬੜਾ ਹੀ ਸੋਹਣਾ ਜਿਹਾ ਮੈਂ ਸਮਝਣਾ ਹਰ ਬੰਦੇ ਕਿ ਵਿਜ਼ਿਟ ਕਰਨਾ ਚਾਹੀਦਾ ਇੱਕ ਵਾਰੀ ਉਮੀਦ ਕਰਨੀ ਜੀ ਅੱਜ ਦੀ ਵੀਡੀਓ ਤੁਸੀਂ ਪਸੰਦ ਆਈ ਹੋਸੀ ਪਸੰਦ ਆਈ ਹੈ ਲਾਈਕ ਸ਼ੇਅਰ ਸਬਸਕ੍ਰਾਈਬ ਕਰੀ ਜੋੜੋ ਤੁਸੀਂ ਮਿਲ ਸਕਦੀ ਵੀਡੀਓ ਅਗਲੇ ਵਲੌਗ ਚੇਤਨੀ ਦੇ ਸਾ ਕਪੜਾ ਗਿਆ ਰੱਖੇ ਮਾੜੇ ਵਾਸਤੇ ਦੁਆ ਕਰੀ ਜੋੜੇ ਅੱਲਾ ਹਾਫਿਜ਼।